ਸਤਿ ਸ਼੍ਰੀ ਅਕਾਲ ਦੀ। ਔਰ ਆਓ ਫਿਰ ਨਿਗਾਹ ਮਾਰਦੇ ਹਾਂ ਅੱਜ ਦੇ ਕੁਛ ਆਲੇ ਦੁਆਲੇ ਦੇ ਉੱਤੇ, ਕੀ ਕੁਛ ਜਿਹੜਾ ਜੀ ਉਹ ਵਾਪਰ ਰਿਹਾ। ਗੱਲ ਸ਼ੁਰੂ ਕਰਦੇ ਹਾਂ ਪਾਕਿਸਤਾਨ ਦੇ ਵਿੱਚ ਜਿਹੜਾ ਜੀ ਖੁੱਲ੍ਹੇ ਕਰਤਾਰਪੁਰ ਦੇ ਬਾਰੇ ਦੇ ਵਿੱਚ। ਲਾਂਘਾ ਖੁੱਲ੍ਹੇ ਨੂੰ 100 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਹੋਇਆ। ਬੇਸ਼ੱਕ ਇਹਦੀ ਜਿਹੜੇ ਜਿੰਨਾ ਸੋਚਿਆ ਗਿਆ ਸੀ ਉਹਦੇ ਤਾਂ ਨੇੜੇ ਤੇੜੇ ਵੀ ਨਹੀਂ ਜਿਹੜਾ ਜੀ ਜਾਣ ਵਾਲੇ। 5,000 ਜਿਹੜੇ ਯਾਤਰੂ ਸੀ ਉਹਨਾਂ ਦਾ ਰੋਜ਼ ਦਾ ਸੋਚਿਆ ਗਿਆ ਸੀ, ਪਰ ਕਈ ਕਿਸਮ ਦੀਆਂ ਜਿਹੜੀਆਂ ਜੀ ਉਹ ਗਣਾਉਂਦੇ ਨੇ, ਲੋਕ ਗਣਾਉਂਦੇ ਜ਼ਿਆਦਾ ਨੇ, ਹੈ ਉਨੀਆਂ ਜਿਹੜੀਆਂ ਉਨੀਆਂ ਗੀਆਂ। ਸਭ ਤੋਂ ਵੱਡਾ ਡਰ ਜਿਹੜਾ ਆਪਾਂ ਅਕਸਰ ਸਾਂਝਾ ਕਰਦੇ ਹਾਂ ਕਿ ਲੋਕ ਇਹ ਕਹਿੰਦੇ ਕਿ ਉਹਨਾਂ ਦੇ ਪਾਸਪੋਰਟ ਦੇ ਉੱਤੇ ਸਟੈਂਪ ਲੱਗ ਜੂਗੀ, ਫਿਰ ਉਹ ਕੈਨੇਡਾ ਅਮੈਰੀਕਾ ਨਹੀਂ ਜਾ ਸਕਣਗੇ। ਜਿਹੜੇ 70 ਸਾਲ ਕਰਦੇ ਸੀ ਦਾਅਵਾ ਕਿ 70 ਸਾਲ ਅਸੀਂ ਅਰਦਾਸਾਂ ਕੀਤੀਆਂ ਨੇ, ਉਹ ਇਸ ਗੱਲ ਤੋਂ ਜਿਹੜਾ ਜੀ ਬਹੁਤੇ ਡਰ ਗਏ ਹੋਏ ਆ। ਸੋ ਥੋੜ੍ਹੇ ਜਿਹੇ ਲੋਕ ਜਾਂਦੇ ਆ, ਪਰ ਇੰਨਾ ਜ਼ਰੂਰ ਆ ਕਿ ਵਿਸ਼ਵ ਪੱਧਰ ਦੇ ਉੱਤੇ ਇਹਦਾ ਚਰਚਾ ਜਿਹੜਾ ਜੀ ਉਹ ਜ਼ਰੂਰ ਚੰਗੇ ਪੱਧਰ ਦੇ ਉੱਤੇ ਜਿਹੜਾ ਜੀ ਹੋ ਰਿਹਾ, ਪੋਜ਼ਿਟਿਵ ਵੈਰੀ ਪੋਜ਼ਿਟਿਵ ਵੇ ਜਿਹੜਾ ਜੀ ਹੋ ਰਿਹਾ। UNO ਦੇ ਸੈਕਟਰੀ ਜਨਰਲ ਜਿਹੜੇ ਨੇ ਅੰਤੋਨੀਓ ਗੁਟੇਰੇਸ, ਉਹ ਇੱਥੇ ਪਾਕਿਸਤਾਨ ਦੇ ਵਿੱਚ ਜਿਹੜਾ ਜੀ ਗਏ ਔਰ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਖੋਲ੍ਹਣਾ ਇਹਦੇ ਸੰਬੰਧੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਅਮਨ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਉਹ ਬਣਾਈ ਰੱਖਣ ਦੀ ਇਹ ਇੱਛਾ ਦੀ ਮਿਸਾਲ ਹੈ ਇੱਕ ਕਿਸਮ ਦੇ ਨਾਲ। ਇਹ ਟਿੱਪਣੀ ਜਿਹੜੀ ਦੀ ਉਹ UNO ਦੇ ਸੈਕਟਰੀ ਜਨਰਲ ਅੰਤੋਨੀਓ ਗੁਟੇਰੇਸ ਨੇ ਜਿਹੜੀ ਉਹ ਕੀਤੀ ਆ। ਕਰਤਾਰਪੁਰ ਦੇ ਵਿੱਚ ਜਿਹੜਾ ਗੁਰਦੁਆਰਾ ਦਰਬਾਰ ਸਾਹਿਬ ਹੈ ਉੱਥੇ ਪਹੁੰਚੇ ਗੁਟੇਰੇਸ ਨੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਦਾ ਸਵਾਗਤ ਜਿਹੜਾ ਸੀ ਉਹ ਕੀਤਾ ਗਿਆ। ਪਾਕਿਸਤਾਨ ਅਤੇ ਭਾਰਤ ਦੇ ਵਿਚਾਲੇ ਕਰਤਾਰਪੁਰ ਲਾਂਘੇ ਸੰਬੰਧੀ ਜਿਹੜਾ ਸਮਝੌਤਾ ਹੋਇਆ ਉਹਦੀ ਡਿਟੇਲ ਉਹਨਾਂ ਨੂੰ ਦਿੱਤੀ ਗਈ, ਔਰ ਇਹ ਵੀ ਦੱਸਿਆ ਗਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਸਿੱਖ ਭਾਈਚਾਰੇ ਦੀ ਸਹੂਲਤ ਦੇ ਵਾਸਤੇ ਇਹ ਜਿਹੜੀ ਪਹਿਲਕਦਮੀ ਕੀਤੀ ਹੈ। ਕਰਤਾਰਪੁਰ ਲਾਂਘਾ ਖੋਲ੍ਹਣ ਸੰਬੰਧੀ ਉਹਨਾਂ ਨੇ ਕੁਛ ਅਹਿਮ ਜਿਹੜੀਆਂ ਜੀ ਉਹ ਟਿੱਪਣੀਆਂ ਵੀ ਕੀਤੀਆਂ। ਇਹ ਗੱਲ ਆਖੀ ਕਿ ਕਰਤਾਰਪੁਰ ਦਾ ਲਾਂਘਾ ਖੋਲ੍ਹਣਾ ਪਾਕਿਸਤਾਨ ਦੀ ਅਮਨ ਸ਼ਾਂਤੀ ਅਤੇ ਧਾਰਮਿਕ ਸਦਭਾਵਨਾਵਾਂ ਬਣਾਈ ਰੱਖਣ ਦੀ ਇੱਛਾ ਦੀ ਇਹ ਅਮਲੀ ਮਿਸਾਲ ਹੈ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਕਹਿ ਦੇਣਾ, ਬਿਆਨ ਦੇ ਦੇਣੇ ਹੋਰ ਗੱਲ ਹੈ, ਪਰ ਇੱਥੋਂ ਤੱਕ ਜਿਹੜਾ ਜੀ ਉਹ ਚਲੇ ਜਾਣਾ ਇੱਕ ਬਹੁਤ ਵਧੀਆ ਜਿਹੜਾ ਉਹ ਸਟੈਪ ਹੈ। ਜਿਹੜੇ ਅੰਤੋਨੀਓ ਗੁਟੇਰੇਸ ਨੇ ਉਹਨਾਂ ਨੇ ਜਿਹੜਾ ਜੀ ਉਹ ਗੁਰਦੁਆਰੇ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਗਏ, ਜਿਹੜਾ ਲੇਟੈਸਟ ਕੰਮ ਸਾਰਾ ਹੋਇਆ ਉਹਨੂੰ ਗਹੁ ਦੇ ਨਾਲ ਉਹਨਾਂ ਵੇਖਿਆ। ਜਿਹੜੇ ਪਾਕਿਸਤਾਨ ਦੇ ਅਧਿਕਾਰੀ ਜਿਹਦੇ ਵਿੱਚ ਮੰਤਰੀ ਵੀ ਸ਼ਾਮਿਲ ਸਨ ਉਹ, ਅਤੇ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਨੁਮਾਇੰਦਿਆਂ ਦੇ ਨਾਲ ਉਹਨਾਂ ਨੇ ਪੰਗਤ ਦੇ ਵਿੱਚ ਬਹਿ ਕੇ ਜਿਹੜਾ ਉਹ ਲੰਗਰ ਵੀ ਛਕਿਆ। ਔਰ ਜਿਸ ਟਾਈਮ ਉਹ ਗਏ ਉਸ ਟਾਈਮ ਭਾਰਤ ਵਾਲੀ ਸਾਈਡ ਤੋਂ ਯਾਤਰੂ ਜਿਹੜੇ ਜੀ ਕੁਛ ਗਏ ਹੋਏ ਸਨ, ਪਾਕਿਸਤਾਨ ਵਾਲੀ ਸਾਈਡ ਦੇ ਉੱਤੋਂ ਕੁਛ ਯਾਤਰੂ ਉੱਥੇ ਕਰਤਾਰਪੁਰ ਦੇ ਵਿੱਚ ਜਿਹੜਾ ਜੀ ਉਹ ਆਏ ਹੋਏ ਸਨ। ਸੋ ਇਹ ਲਾਂਘਾ ਜਿਹੜਾ ਹੈ ਜੀ ਇਹੋ ਜਿਹੇ ਜਦੋਂ ਜਿਹੜੇ ਮਹਿਮਾਨ ਜਾਂਦੇ ਨੇ ਅਤੇ ਬਿਨਾਂ ਕਿਸੇ ਸ਼ੱਕ ਦੇ ਵਿਸ਼ਵ ਪੱਧਰ ਦੇ ਉੱਤੇ ਉਹਦਾ ਚਰਚਾ ਜਿਹੜਾ ਜੀ ਉਹ ਹੁੰਦਾ, ਚਾਹੇ ਇਹਨੂੰ ਕੋਈ ਕਿਸੇ ਰੂਪ ਦੇ ਵਿੱਚ ਦੇਖੇ, ਪਰ ਇਹ ਲਾਂਘਾ ਜਿਹੜਾ ਜੀ ਉਹ ਇਸ ਪੁਆਇੰਟ ਆਫ ਵਿਊ ਦੇ ਨਾਲ ਜਿਹੜਾ ਜੀ ਉਹ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਜਿਹੜਾ ਉਹ ਜ਼ਰੂਰ ਹੈ ਕਿ ਜਿਹੜਾ ਮਿਲ ਜੁਲ ਕੇ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਕਿਤੇ ਨਾ ਕਿਤੇ ਜਿਹੜਾ ਜੀ ਉਹ ਬੜਾਵਾ ਦੇ ਰਿਹਾ। ਬੇਸ਼ੱਕ ਅਕਸਰ ਜਿਹੜਾ ਜੀ ਉਹ ਜ਼ਿਕਰ ਹੁੰਦਾ ਬਰਲਿਨ ਦੀ ਕੰਧ ਦਾ, ਉਹਦੀ ਦੀਵਾਰ ਦਾ, ਜਾਂ ਫਿਰ ਕੋਰੀਆ ਦਾ ਜਿਹੜਾ ਜੀ ਉਹ ਜ਼ਿਕਰ ਹੁੰਦਾ ਕਿ ਪਿਛਲੇ ਦਿਨੀ ਉਹ ਕ੍ਰੋਸ ਕਰਕੇ ਜਿਹੜਾ ਜੀ ਇੱਕ ਦੂਸਰੇ ਨੂੰ ਮਿਲੇ, ਜਾਂ ਉਹ ਸਮਝਦੇ ਆ ਕਿ ਮਿਲੇ ਤੋਂ ਬਿਨਾਂ ਜਿਹੜਾ ਉਹ ਗੁਜ਼ਾਰਾ ਨਹੀਂ। ਅਤੇ ਲਾਂਘਾ ਜਿਹੜਾ ਕਰਤਾਰਪੁਰ ਦਾ ਲਾਂਘਾ ਦੇਖਿਆ ਜਾਵੇ ਤਾਂ ਵਿਸ਼ਵ ਦੀਆਂ ਇਹ ਅਜਿਹੀਆਂ ਹੀ ਘਟਨਾਵਾਂ ਦੇ ਵਿੱਚ ਇੱਕ ਬਹੁਤ ਪੋਜ਼ਿਟਿਵ ਸਾਈਨ ਹੈ। ਉਹ ਵੀ ਉਸ ਸਮੇਂ ਜਦੋਂ ਕਿ ਦੇਖਿਆ ਜਾਵੇ ਤਾਂ ਨਫ਼ਰਤ, ਹਿੰਸਾ ਸੋਸਾਇਟੀ ਦੇ ਵਿੱਚ, ਸਮਾਜ ਦੇ ਵਿੱਚ, ਦੁਨੀਆ ਦੇ ਵਿੱਚ ਜਿਹੜੀ ਜੀ ਉਹ ਬਹੁਤ ਭਾਰੂ ਆ, ਹਰ ਕੋਈ ਇੱਕ ਦੂਜੇ ਨੂੰ ਮਿੱਧ ਕੇ ਅੱਗੇ ਜਿਹੜਾ ਉਹ ਲੰਘ ਜਾਣਾ ਚਾਹੁੰਦਾ। ਉਸ ਮੌਕੇ ਦੇ ਉੱਤੇ ਇਹ ਲਾਂਘਾ ਜਿਹੜਾ ਜੀ ਇਹ ਇੱਕ ਸ਼ਾਂਤੀ ਦੇ ਦੂਤ ਦੇ ਵਜੋਂ ਜਿਹੜਾ ਜੀ ਉਹ ਪ੍ਰਚਾਰਿਆ ਜਾ ਸਕਦਾ, ਪਰ ਉਹਦੇ ਵਾਸਤੇ ਜਿਹੜਾ ਸਿੱਖ ਭਾਈਚਾਰਾ ਖਾਸ ਤੌਰ ਦੇ ਉੱਤੇ ਉਹਦੀ ਡਿਊਟੀ ਵੱਡੀ ਜਿਹੜੀ ਹੋਊਗੀ। ਜਿਹੜਾ ਕਿ ਇੱਥੇ ਪੰਜਾਬ ਰਹਿੰਦਾ ਇਸ ਗੱਲੋਂ ਡਰੀ ਜਾਂਦਾ ਕਿ ਉਹਦਾ ਜੇ ਉਹ ਗਏ ਅਤੇ ਉਹਨੂੰ ਪਤਾ ਨਹੀਂ ਜਿਹੜਾ ਜੀ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਕਿ ਉਹਨੂੰ ਅਮੈਰੀਕਾ ਦਾ ਵੀਜ਼ਾ ਨਹੀਂ ਲੱਗਣਾ, ਉਹਨੂੰ ਕੈਨੇਡਾ ਦਾ ਵੀਜ਼ਾ ਨਹੀਂ ਲੱਗਣਾ। ਹਾਲਾਂਕਿ ਜਿਹੜਾ ਪਾਸਪੋਰਟ ਹੈ ਉਹਦੇ ਉੱਤੇ ਕਿਸੇ ਕਿਸਮ ਦੀ ਕੋਈ ਸਟੈਂਪ ਜਿਹੜੀ ਦੀ ਉਹ ਨਹੀਂ ਲੱਗਦੀ। ਆਹ ਵਿਚਾਰ ਇਹਦੇ ਉੱਤੇ ਜ਼ਰੂਰ ਕੀਤਾ ਜਾ ਰਿਹਾ ਪਾਕਿਸਤਾਨ ਦੇ ਵੱਲੋਂ ਕਿ ਆਉਂਦੇ ਸਮੇਂ ਦੇ ਦੌਰਾਨ
ਪਾਸਪੋਰਟ ਦੀ ਸ਼ਰਤ ਹਟਾਈ ਜਾਵੇ। ਜੇ ਉਹ ਪਾਸਪੋਰਟ ਦੀ ਸ਼ਰਤ ਹਟਾ ਲਈ ਤਾਂ ਤੁਸੀਂ ਵੇਖਣਾ ਉਦੋਂ ਫਿਰ ਸ਼ਰਤਾਂ ਇਹਨਾਂ ਨੂੰ ਕੁਝ ਹੋਰ ਚੁਭਣ ਜਿਹੜੀਆਂ ਦੀ ਉਹ ਲੱਗ ਜਾਣਗੀਆਂ। ਇਹ ਗੱਲ ਭੁੱਲ ਕੇ ਕਿ ਇਹ ਮੁਲਕ ਟੂ ਮੁਲਕ ਇੱਕ ਸਮਝੌਤਾ ਹੈ, ਜਦੋਂ ਮੁਲਕ ਟੂ ਮੁਲਕ ਗੱਲ ਹੁੰਦੀ ਹੈ ਤਾਂ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਝੱਲਣੀਆਂ ਵੀ ਪੈਂਦੀਆਂ ਨੇ। ਇਸ ਲਾਂਘੇ ਦਾ ਐਲਾਨ ਹੋਣਾ, ਇਹ ਲਾਂਘਾ ਬਣਨਾ, ਇਹ ਲਾਂਘਾ ਖੁੱਲ੍ਹਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਜੀ ਉਹ ਘਟਨਾਵਾਂ ਨੇ ਪਿਛਲੇ ਕੁਝ ਸਮੇਂ ਦੀਆਂ। ਔਰ ਜਦੋਂ ਇਤਿਹਾਸ ਜਿਹੜਾ ਜੀ ਲਿਖਿਆ ਜਾਊਗਾ ਤਾਂ ਉਸ ਟਾਈਮ ਇਸ ਸਭ ਕੁਛ ਨੂੰ ਵੇਖਣ ਵਾਲੇ, ਸੁਣਨ ਵਾਲੇ, ਪੜ੍ਹਨ ਵਾਲੇ, ਲਿਖਣ ਵਾਲੇ ਜਿਹੜੇ ਜੀ ਉਹਨਾਂ ਲੋਕਾਂ ਦਾ ਤੋਂ ਪੁੱਛਿਆ ਜਿਹੜਾ ਜੀ ਉਹ ਜਾਊਗਾ ਕਿ ਇਹ ਕਿਵੇਂ ਇੰਨਾ ਕੁਛ ਜਿਹੜਾ ਜੀ ਉਹ ਵਾਪਰਿਆ ਸੀ। ਕਿਸੇ ਨੂੰ ਅੱਜ ਇਹ ਸ਼ਾਇਦ ਮਾੜੀ ਮੋਟੀ ਗੱਲ ਜਿਹੜੀ ਦੀ ਉਹ ਲੱਗਦੀ ਹੋਵੇ, ਪਰ ਇਹ ਬਹੁਤ ਵੱਡੀ ਜਿਹੜੀ ਜੀ ਉਹ ਘਟਨਾ ਕਹੀ ਜਾ ਸਕਦੀ ਹੈ ਇਸ, ਮੈਂ ਤਾਂ ਕਹੂੰਗਾ ਇਸ ਸਦੀ ਦੀ ਜਿਹੜੀ ਜੀ ਕਰਤਾਰਪੁਰ ਦਾ ਲਾਂਘਾ ਖੁੱਲ੍ਹਣਾ। ਅਤੇ ਇਹ ਜੇ UNO ਦੇ ਜਿਹੜੇ ਜੀ ਸੈਕਟਰੀ ਜਨਰਲ ਉੱਥੇ ਆਉਂਦੇ ਆ ਤਾਂ ਇਹ ਇੱਕ ਬਹੁਤ ਵੱਡੀ ਜਿਹੜੀ ਜੀ ਉਹ ਗੱਲ ਹੈ ਕਿ ਵਿਸ਼ਵ ਦੇ ਵਿੱਚ ਇਹਦਾ ਜ਼ਿਕਰ ਜਿਹੜਾ ਉਹ ਕਿੱਡਾ ਵੱਡਾ ਹੋ ਰਿਹਾ। ਦੂਜੇ ਪਾਸੇ ਕਥਿਤ ਜਾਇਜ਼ ਵੀਜ਼ਾ ਨਾ ਹੋਣ ਦੇ ਬਾਵਜੂਦ ਬ੍ਰਿਟੇਨ ਕਾਨੂੰਨ ਸਾਹ ਡੈਬੀ ਅਬਰਾਮਜ਼ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜਣ ਤੋਂ ਇੱਕ ਦਿਨ ਬਾਅਦ ਸਰਕਾਰ ਵਿਚਲੇ ਸੂਤਰਾਂ ਨੇ ਗੱਲ ਕਹੀ ਹੈ ਕਿ ਬ੍ਰਿਟੇਨ ਦੇ ਸੰਸਦ ਮੈਂਬਰ ਦੀ ਭਾਰਤ ਵਿਰੋਧੀ ਸਰਗਰਮੀਆਂ 'ਚ ਸ਼ਮੂਲੀਅਤ ਕਰਕੇ ਉਹਦਾ ਈ ਵੀਜ਼ਾ ਰੱਦ ਜਿਹੜਾ ਉਹ ਕੀਤਾ ਗਿਆ ਸੀਗਾ। ਕਿਹਾ ਗਿਆ ਕਿ ਡੈਬੀ ਅਬਰਾਮਜ਼ ਨੇ 14 ਫਰਵਰੀ ਨੂੰ ਵੀਜ਼ਾ ਰੱਦ ਕਰਨ ਦੇ ਬਾਰੇ ਉਹਨੂੰ ਸੂਚਿਤ ਕਰਤਾ ਸੀਗਾ। ਉਦੋਂ ਲੰਡਨ ਦੇ ਵਿੱਚ ਸਥਿਤ ਜਿਹੜਾ ਭਾਰਤੀ ਹਾਈ ਕਮਿਸ਼ਨ ਆ ਉਹਨੇ ਵੀ ਪੁਸ਼ਟੀ ਕੀਤੀ ਆ ਕਿ ਬ੍ਰਿਟੇਨ ਕਾਨੂੰਨ ਸਾਜ ਨੂੰ ਜਾਇਜ਼ ਵੀਜ਼ੇ ਦੀ ਅਣਹੋਂਦ ਕਰਕੇ ਭਾਰਤ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਔਰ ਇਸ ਦੌਰਾਨ ਕਾਂਗਰਸ ਆਗੂ ਅਤੇ ਪਾਰਟੀ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘ ਵੀ ਨੇ ਡੈਬੀ ਅਬਰਾਮਜ਼ ਨੂੰ ਹਵਾਈ ਅੱਡੇ ਤੋਂ ਵਾਪਸ ਭੇਜਣ ਦੇ ਮੋਦੀ ਸਰਕਾਰ ਦੇ ਫੈਸਲੇ ਦੀ ਹਮਾਇਤ ਕਰਦਿਆਂ ਇਹ ਕਿਹਾ ਕਿ ਡੈਬੀ ਅਬਰਾਮਜ਼ ਮਹਿਜ਼ ਸੰਸਦ ਮੈਂਬਰ ਨਹੀਂ ਬਲਕਿ ਉਹ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਖਿਲਾਫ਼ ਛੇੜੀ ਲੁਕਵੀਂ ਖੇਡ ਦਾ ਹਿੱਸਾ। ਸਰਕਾਰ ਵਿਚਲੇ ਇੱਕ ਸੂਤਰ ਨੇ ਇਹ ਗੱਲ ਕਹੀ ਹੈ ਕਿ ਡੈਬੀ ਅਬਰਾਮਜ਼ ਦਾ ਈ ਬਿਜ਼ਨਸ ਵੀਜ਼ਾ 14 ਫਰਵਰੀ 2020 ਨੂੰ ਰੱਦ ਕੀਤਾ ਗਿਆ ਸੀ ਔਰ ਉਹ ਭਾਰਤ ਦੇ ਕੌਮੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਸਰਗਰਮੀਆਂ ਦੇ ਵਿੱਚ ਸ਼ੁਮਾਰ ਸੀ। ਔਰ ਇਹ ਵੀ ਕਿਹਾ ਗਿਆ ਕਿ ਉਹਨੂੰ 14 ਫਰਵਰੀ ਨੂੰ ਸੂਚਿਤ ਇਹਦੇ ਸੰਬੰਧੀ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਸੰਸਦ ਦੇ ਹੀ ਇੱਕ ਮੈਂਬਰ ਸ਼ਸ਼ੀ ਥਰੂਰ ਨੇ ਆਪਣੇ ਪਾਰਟੀ ਕੁਲੀਗ ਅਭਿਸ਼ੇਕ ਮਨੂ ਸਿੰਘ ਵੀ ਤੋਂ ਉਲਟ ਬ੍ਰਿਟੇਨ ਕਾਨੂੰਨ ਸਾਜ ਡੈਬੀ ਅਬਰਾਮਜ਼ ਦੀ ਹਮਾਇਤ ਕੀਤੀ ਹੈ। ਥਰੂਰ ਨੇ ਇੱਕ ਮਾਈਕਰੋ ਬਲੌਗਿੰਗ ਸਾਈਟ ਦੇ ਉੱਤੇ ਲਿਖਿਆ ਕਿ ਮੈਨੂੰ ਇਹ ਗੱਲ ਬੜੀ ਹਾਸੋਹੀਣੀ ਲੱਗਦੀ ਹੈ ਕਿ ਉਹੀ ਲੋਕ ਨੇ ਜਿਹਨਾਂ ਸੰਸਦ ਮੈਂਬਰ ਵਜੋਂ ਬ੍ਰਿਟੇਨ ਫੇਰੀ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਬਸਤੀਵਾਦ ਰਾਜ ਦੇ ਦੌਰਾਨ ਕੀਤੇ ਦੁਰਵਿਹਾਰ ਬਾਰੇ ਦੱਸਣ ਲਈ ਕਿਹਾ ਸੀਗਾ ਔਰ ਹੁਣ ਜਦੋਂ ਮੈਂ ਬ੍ਰਿਟੇਨ ਸੰਸਦ ਮੈਂਬਰ ਲਈ ਇਹ ਮੰਗ ਕੀਤੀ ਤਾਂ ਉਹੀ ਲੋਕ ਮੇਰਾ ਵਿਰੋਧ ਜਿਹੜਾ ਜੀ ਉਹ ਕਰ ਰਹੇ ਆ। ਉਹਨੇ ਇਹ ਗੱਲ ਲਿਖੀ ਹੈ ਕਿ ਸਾਨੂੰ ਕੁਛ ਫਰਾਖ ਦਿਲੀ ਵਿਖਾਉਣੀ ਚਾਹੀਦੀ ਹੈ। ਮਾਮਲਾ ਵੱਡਾ ਅਤੇ ਆਉਂਦੇ ਦਿਨਾਂ ਦੇ ਦੌਰਾਨ ਚੱਲਦਾ ਜਿਹੜਾ ਜੀ ਉਹ ਰਹੂਗਾ। ਪੰਜਾਬ ਵਜ਼ਾਰਤ ਦੇ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਹੋਈ। ਚੰਗੀ ਗਰਮਾ ਗਰਮੀ ਅਤੇ ਤੂੰ ਤੂੰ ਮੈਂ ਜਿਹੜੀ ਜੀ ਉਹ ਹੋਈ ਦੱਸੀ ਜਾਂਦੀ ਹੈ। ਬਹੁਤੇ ਮੰਤਰੀਆਂ ਦੇ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਉਹ ਐਡਵੋਕੇਟ ਜਨਰਲ ਅਤੁਲ ਨੰਦਾ ਰਹੇ। ਅਤੁਲ ਨੰਦਾ ਦੇ ਬਾਰੇ ਦੇ ਵਿੱਚ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਵੀ ਕੁਛ ਬੜੀਆਂ ਸਖਤ ਟਿੱਪਣੀਆਂ ਪਿਛਲੇ ਦਿਨਾਂ ਦੇ ਵਿੱਚ ਕੀਤੀਆਂ ਸੀ ਜਦੋਂ ਉਹ ਅਚਾਨਕ ਉਹਨਾਂ ਦੇ ਸਾਹਮਣੇ ਜਿਹੜਾ ਆ ਗਏ ਸੀ ਔਰ ਇਹ ਬੜਾ ਚਰਚਾ ਦਾ ਵਿਸ਼ਾ ਉਸ ਸਮੇਂ ਜਿਹੜੀਆਂ ਜੀ ਟਿੱਪਣੀਆਂ ਬਣੀਆਂ ਸੀਗੀਆਂ। ਹੁਣ ਸਾਰੇ ਮੰਤਰੀਆਂ ਨੇ ਜਿਹੜਾ ਜੀ ਇੱਕ ਇੱਕ ਕਰਕੇ ਅਤੁਲ ਨੰਦਾ ਨੂੰ ਜਿਹੜਾ ਉਹ ਘੇਰਨ ਦਾ ਯਤਨ ਕੀਤਾ ਅਤੇ ਇਹ ਗੱਲ ਆਖੀ ਕਿ ਅਤੁਲ ਨੰਦਾ ਦੀ ਵਜ੍ਹਾ ਕਰਕੇ ਪੰਜਾਬ ਸਰਕਾਰ ਇੱਕ ਇੱਕ ਕਰਕੇ ਸਾਰੇ ਕੇਸ ਹਾਰਦੀ ਜਾ ਰਹੀ ਹੈ। ਸਰਕਾਰ ਆਪਣੇ ਅਕਸ ਨੂੰ ਬਚਾਉਣ ਦੇ ਵਾਸਤੇ ਉਹਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਇੱਕ ਮੰਤਰੀ ਨੇ ਇੱਥੋਂ ਤੱਕ ਕਿਹਾ ਕਿ ਨਸ਼ਿਆਂ ਦੇ ਨਾਲ ਜੁੜੇ ਸਾਬਕਾ ਅਕਾਲੀ ਮੰਤਰੀ ਦੇ ਕੇਸ ਦੇ ਵਿੱਚ ਐਡਵੋਕੇਟ ਜਨਰਲ ਦਫ਼ਤਰ ਨੇ ਤਰੀਕਾਂ ਦਵਾਉਣ ਦੇ ਮਾਮਲੇ ਦੇ ਵਿੱਚ ਮੁਲਜ਼ਮ ਦੀ ਮਦਦ ਕੀਤੀ। ਮੰਤਰੀਆਂ ਨੇ ਜਿਹੜੇ ਬਣੇ ਹੋਏ ਨੇ ਥਰਮਲ ਪਲਾਂਟ ਇਹਨਾਂ ਦਾ ਕੇਸ ਹਾਰਨ ਲਈ ਸੁਪਰੀਮ ਕੋਰਟ ਦੇ ਵਿੱਚ ਹਾਰਨਾ ਬਰਗਾੜੀ ਬੇਅਦਬੀ ਸਣੇ ਬਾਕੀ ਕੇਸਾਂ ਦੀ ਚਰਚਾ ਜਿਹੜੀ ਦੀ ਉਹ ਕੀਤੀ। ਇਹ ਵੀ ਕਿਹਾ ਕਿ ਪੰਜਾਬ ਦੇ ਇਹ ਐਡਵੋਕੇਟ ਜਨਰਲ ਦੱਸੇ ਕਿ ਕਿਹੜੇ ਕੇਸ ਦੇ ਵਿੱਚ ਉਹਦੀ ਕਾਰਗੁਜ਼ਾਰੀ ਜਿਹੜੀ ਹੈ ਜੀ ਉਹ ਚੰਗੀ ਰਹੀ ਹੈ। ਇਹ ਜਿਹੜਾ ਦੀ ਮਸਲਾ ਕਾਫੀ ਦੇਰ ਤੋਂ ਜਿਹੜਾ ਜੀ ਉਹ ਭਖ ਰਿਹਾ ਪਰ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇਹ ਕਾਫੀ ਵੱਡਾ ਹੋ ਕੇ ਜਿਹੜਾ ਜੀ ਉਹ ਨਿਕਲਿਆ।
ਇਹ ਮੰਤਰੀ ਜਿਹੜੇ ਦੀ ਉਹ ਇਹ ਕਹਿੰਦੇ ਆ ਮੁੱਖ ਮੰਤਰੀ ਨੂੰ ਕਿ ਐਡਵੋਕੇਟ ਜਨਰਲ ਨੂੰ ਤੁਰੰਤ ਜਿਹੜਾ ਉਹ ਹਟਾਇਆ ਜਾਵੇ। ਔਰ ਹਟਾਉਂਦੇ ਨੇ ਜਾਂ ਨਹੀਂ ਇਹ ਤਾਂ ਮੁੱਖ ਮੰਤਰੀ ਦੇ ਉੱਤੇ ਜਿਹੜਾ ਜੀ ਉਹ ਨਿਰਭਰ ਕਰਦਾ। ਦੂਜਾ ਜਿਹੜਾ ਸੀਗਾ ਜੀ ਮੁੱਖ ਸਕੱਤਰ ਅਵਤਾਰ ਸਿੰਘ ਦੇ ਵੱਲੋਂ ਮੰਤਰੀਆਂ ਦੇ ਕੰਮਾਂ ਦੇ ਵਿੱਚ ਅੜਿੱਕੇ ਡਾਉਣ ਦੀ ਸ਼ਿਕਾਇਤ ਜਿਹੜੀ ਸੀ ਉਹ ਸੁਖਜਿੰਦਰ ਸਿੰਘ ਰੰਧਾਵਾ ਦੀ ਨੇ ਕੀਤੀ ਜੀ ਕਿ ਉਹਦੀ ਅਗਵਾਈ ਦੇ ਵਿੱਚ ਦੁਬਈ ਜਾਣਾ ਸੀਗਾ ਇੱਕ ਵਫਦ ਜਿਹੜਾ ਦੀ ਉਹਨੂੰ ਕਿਉਂ ਰੋਕਿਆ ਗਿਆ। ਸਾਰੇ ਮੰਤਰੀ ਜਿਹੜੇ ਸੀ ਉਹਨਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀ ਇਸ ਮਾਮਲੇ ਦੇ ਉੱਤੇ ਜਿਹੜੀ ਜੀ ਉਹ ਮਦਦ ਕੀਤੀ ਕਿ ਇਉਂ ਨਹੀਂ ਸੀ ਹੋਣਾ ਚਾਹੀਦਾ। ਜੋ ਜਿਸ ਤਰੀਕੇ ਦੇ ਨਾਲ ਜਿਹੜੀ ਦੀ ਇਹ ਕਾਰਗੁਜ਼ਾਰੀ ਸਰਕਾਰ ਦੀ ਚੱਲ ਰਹੀ ਆ ਇੱਕ ਕਰਕੇ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਸਾਹਮਣੇ ਆ ਰਿਹਾ ਉਹਦੇ 'ਚੋਂ ਇਉਂ ਜਿਹੜਾ ਜੀ ਉਹ ਲੱਗ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਰੀ ਜਿਹੜੇ ਆ ਜੀ ਉਹ ਨਿਸ਼ਾਨੇ ਦੇ ਉੱਤੇ ਬਹੁਤੇ ਮੰਤਰੀਆਂ ਦੇ ਇਸ ਵੇਲੇ ਹੈਗੇ ਨੇ। ਜਿਹੜੀ ਪ੍ਰਗਟ ਸਿੰਘ ਹੋਰਾਂ ਨੇ ਚਿੱਠੀ ਲਿਖੀ ਆ ਜੇ ਉਹਦੇ ਵਿੱਚ ਤੁਸੀਂ ਦੇਖਿਆ ਹੋਵੇ ਤਾਂ ਉਹਦੇ 'ਚ ਕੁਛ ਵੀ ਇਸ ਪੱਖੋਂ ਨਹੀਂ ਕਿਹਾ ਜਾ ਸਕਦਾ ਕਿ ਮੰਤਰੀਆਂ ਨੇ ਜਿਹੜੀ ਦੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਹਮਾਇਤ ਕੀਤੀ ਹੋਵੇ। ਇੱਕ ਓ ਪੀ ਸੋਨੀ ਹੋਰਾਂ ਦੇ ਬੇਤੁੱਕੇ ਬਿਆਨ ਨੂੰ ਜਿਹੜਾ ਦੀ ਉਹ ਛੱਡ ਕੇ, ਕਿਉਂਕਿ ਓ ਪੀ ਸੋਨੀ ਹੋਰਾਂ ਨੇ ਇਹਦੇ ਵਿੱਚ ਜਿਹੜਾ ਦੀ ਇੰਨਾ ਕਿਹਾ ਕਿ ਜੇ ਪ੍ਰਗਟ ਸਿੰਘ ਹੋਰਾਂ ਨੇ ਚਿੱਠੀ ਲਿਖੀ ਆ ਤਾਂ ਉਹਨਾਂ ਨੂੰ ਗ੍ਰਾਂਟ ਨਹੀਂ ਮਿਲੀ ਹੋਣੀ, ਤਾਂ ਕਰਕੇ ਉਹਨਾਂ ਨੇ ਚਿੱਠੀ ਜਿਹੜੀ ਇਹ ਲਿਖੀ ਆ। ਬੜਾ ਹਾਸੋਹੀਣਾ ਜਿਹੜਾ ਬਿਆਨ ਹੈ, ਕਿਉਂਕਿ ਪ੍ਰਗਟ ਸਿੰਘ ਹੋਰਾਂ ਨੇ ਕੁਛ ਸੀਰੀਅਸ ਮਸਲੇ ਜਿਹੜੇ ਜੀ ਇਹਦੇ ਵਿੱਚ ਉਠਾਏ ਆ ਇਸ ਸਭ ਕਾਸੇ ਦੇ ਵਿੱਚ। ਹੁਣ ਵੇਖਣਾ ਜਿਹੜਾ ਜੀ ਇਹ ਹੋਊਗਾ ਕਿ ਇਹ, ਕਿਉਂਕਿ ਅੱਜ ਪ੍ਰਗਟ ਸਿੰਘ ਹੋਰਾਂ ਨੂੰ ਸੱਦਿਆ ਮੁੱਖ ਮੰਤਰੀ ਨੇ ਕਿ ਇਸ ਮਾਮਲੇ ਦੇ ਉੱਤੇ ਨੈਕਸਟ ਸਟੈਪ ਜਿਹੜਾ ਜੀ ਉਹ ਕੀ ਹੁੰਦਾ। ਪਰ ਇੰਨਾ ਜ਼ਰੂਰ ਹੈ ਕਿ ਇਸ ਮੀਟਿੰਗ ਦੇ ਵਿੱਚ ਜਿਸ ਕਿਸਮ ਦਾ ਵਿਵਾਦ ਜਿਹੜਾ ਜੀ ਉਹ ਹੋਇਆ ਇਹਦੀ ਉਮੀਦ ਪਹਿਲਾਂ ਹੀ ਸੀਗੀ, ਇਹ ਅਣਕਿਆਸਿਆ ਨਹੀਂ ਜਿਹੜਾ ਜੀ ਉਹ ਸੀਗਾ। ਜਿਹੜੇ ਇਸ ਵੇਲੇ ਚੋਣ ਰਣਨੀਤੀਕਾਰ ਨੇ ਜਿਹੜੇ ਪ੍ਰਸਿੱਧ ਪ੍ਰਸ਼ਾਂਤ ਕਿਸ਼ੋਰ, ਉਹਨੂੰ ਕਈ ਕਿਸਮ ਦੀ ਉਹਦੀ ਆਲੋਚਨਾ ਵੀ ਜਿਹੜੀ ਦੀ ਉਹ ਹੁੰਦੀ ਹੈ, ਪਰ ਇੱਕ ਗੱਲ ਜ਼ਰੂਰ ਹੈਗੀ ਹੈ ਕਿ ਉਹ ਸਫਲ ਹੈ ਜਿੱਥੇ ਜਿੱਥੇ ਉਹਨੇ ਮਦਦ ਸੂਬਿਆਂ ਦੇ ਵਿੱਚ ਜਾਂ ਨੈਸ਼ਨਲ ਪੱਧਰ ਦੀ ਪੋਲੀਟਿਕਸ ਦੇ ਵਿੱਚ ਜਿਹਦੀ ਕੀਤੀ ਆ ਉਹਦੇ ਵੱਲੋਂ ਘੜੀ ਗਈ ਰਣਨੀਤੀ ਜਿਹੜੀ ਆ ਜੀ ਉਹ ਵਰਕ ਕਰਦੀ ਜਿਹੜੀ ਉਹ ਦਿੰਦੀ ਆ। ਚਾਹੇ ਉਹ ਨਿਤਿਸ਼ ਕੁਮਾਰ ਦੇ ਵਾਸਤੇ ਘੜੀ ਗਈ ਰਣਨੀਤੀ ਹੋਵੇ, ਉਦੋਂ ਪਹਿਲਾਂ ਜੇਕਰ ਉਹ ਗੱਲ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਜਦੋਂ 14 ਦੇ ਵਿੱਚ ਸਰਕਾਰ ਬਣਦੀ ਆ ਉਹ ਰਣਨੀਤੀ ਹੋਵੇ, ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਲਈ ਘੜੀ ਰਣਨੀਤੀ ਹੋਵੇ, ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਲਈ ਘੜੀ ਰਣਨੀਤੀ ਹੋਵੇ, ਬੜੀ ਅਹਿਮ ਜਿਹੜੀ ਦੀ ਉਹ ਰਹੀ ਹੈ। ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ ਉਹ ਪਿਛਲੇ ਦਿਨੀ ਰਾਸ਼ਟਰੀ ਜਿਹੜੇ ਜਨਤਾ ਦਲ ਯੂਨਾਈਟਿਡ ਜਿਹੜਾ ਉਹਦੇ ਵਿੱਚ ਚਲੇ ਗਏ ਸਨ ਨਿਤਿਸ਼ ਕੁਮਾਰ ਵਾਲੀ ਪਾਰਟੀ ਦੇ ਵਿੱਚ। ਨਿਤਿਸ਼ ਕੁਮਾਰ ਹੋਰਾਂ ਨੇ ਕੁਛ ਉਹਨਾਂ ਦੀਆਂ ਟਿੱਪਣੀਆਂ ਕਰਕੇ ਉਹਨਾਂ ਨੂੰ ਕੱਢ ਦਿੱਤਾ ਸੀ ਪਾਰਟੀ 'ਚੋਂ, ਉਹ ਚੁੱਪ ਰਹੇ। ਚੁੱਪ ਇਸ ਕਰਕੇ ਰਹੇ ਕਿ ਦਿੱਲੀ ਦੇ ਵਿੱਚ ਉਸ ਸਮੇਂ ਚੋਣਾਂ ਸਨ, ਬਹੁਤੀ ਟਿੱਪਣੀ ਨਹੀਂ ਕੀਤੀ। ਹੁਣ ਉਹਨਾਂ ਨੇ ਪਟਨਾ ਜਾ ਕੇ ਕੁਛ ਅਹਿਮ ਟਿੱਪਣੀਆਂ ਕੀਤੀਆਂ ਨੇ ਜਿਹੜੀਆਂ ਕਿ ਭਾਰਤੀ ਰਾਜਨੀਤੀ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਕੁਛ ਅਹਿਮ ਹੋ ਸਕਦੀਆਂ ਨੇ, ਕਿਉਂਕਿ ਬਿਹਾਰ ਦੇ ਵਿੱਚ ਚੋਣਾਂ ਆਉਣੀਆਂ ਨੇ। ਬਿਹਾਰ ਦੀ ਚੋਣ ਦਾ ਜੰਗ ਮੈਦਾਨ ਜਿਹੜਾ ਦੀ ਬਹੁਤ ਵੱਡਾ ਹੋਣਾ, ਕਿਉਂਕਿ ਇਹਦਾ ਅਸਰ ਭਾਰਤ ਦੀ ਰਾਜਨੀਤੀ ਦੇ ਉੱਤੇ ਇਸ ਪੁਆਇੰਟ ਆਫ ਵਿਊ ਦੇ ਨਾਲ ਪੈਂਦਾ ਕਿ ਕੇਂਦਰ ਦੇ ਵਿੱਚ ਜਿਹੜਾ ਜੀ ਬਿਹਾਰ ਦੇ ਵਿੱਚੋਂ ਜਿਹੜੀਆਂ ਜੀ ਉਹ ਲੋਕ ਸਭਾ ਦੀਆਂ ਅਹਿਮ ਸੀਟਾਂ ਜਿਹੜੀਆਂ ਉਹ ਆਉਂਦੀਆਂ ਨੇ। ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਸੱਤਾ ਦੇ ਲਾਲਚ ਦੇ ਵਿੱਚ ਭਾਜਪਾ ਨਾਲ ਭਾਈਵਾਲੀ ਕਰਨ ਦੇ ਉੱਤੇ ਮਜ਼ਾਕ ਉਡਾਉਂਦਿਆਂ JDU ਨੂੰ ਇਹ ਕਿਹਾ ਕਿ ਇੱਕੋ ਸਮੇਂ ਗਾਂਧੀਵਾਦੀ ਵਿਚਾਰਧਾਰਾ ਨਾਲ ਨਾਤਾ ਜੋੜ ਕੇ ਗੌਡਸੇ ਦੇ ਸਮਰਥਕਾਂ ਦੇ ਨਾਲ ਕਿਵੇਂ ਖੜਾ ਹੋਇਆ ਜਾ ਸਕਦਾ ਜੀ। ਉਹਨਾਂ ਨੇ ਕਿਹਾ ਕਿ ਨਿਤਿਸ਼ ਕੁਮਾਰ ਹੁਰੀ ਗਾਂਧੀਵਾਦੀ ਨੇ ਅਤੇ ਗਾਂਧੀ ਨੂੰ ਉਹ ਆਪਣਾ ਪ੍ਰੇਰਣਾ ਸਰੋਤ ਜਿਹੜਾ ਦੀ ਉਹ ਦੱਸਦੇ ਨੇ। ਔਰ ਇਹ ਕਹਿੰਦੇ ਨੇ ਕਿ ਦੂਜੇ ਪਾਸੇ ਉਹ ਜਿਹੜੇ ਗੌਡਸੇ ਨੂੰ ਮੰਨਣ ਵਾਲੇ ਨੇ, ਭਾਵ ਕਿ ਭਾਰਤੀ ਜਨਤਾ ਪਾਰਟੀ ਵਾਲੇ ਨੇ, ਉਹਨਾਂ ਦੇ ਨਾਲ ਕਿਵੇਂ ਜਿਹੜਾ ਦੀ ਉਹ ਤੁਰ ਸਕਦੇ ਆ। ਉਹਨੇ ਹਾਲਾਂਕਿ ਟਿੱਪਣੀਆਂ ਦੇ ਵਿੱਚ ਇਹ ਵੀ ਗੱਲ ਜਿਹੜੀ ਦੀ ਆਖੀ ਕਿ ਨਿਤਿਸ਼ ਕੁਮਾਰ ਹੁਰੀ ਉਹਨਾਂ ਦੇ ਪਿਤਾ ਸਮਾਨ ਨੇ, ਇਸ ਕਰਕੇ ਉਹਨਾਂ ਦੇ ਬਾਰੇ ਉਹਨਾਂ ਨੇ ਬੁਰਾ ਨਹੀਂ ਬੋਲਣਾ ਜਿਹੜਾ ਦੀ ਉਹ ਚਾਹੁੰਦੇ। ਪਰ ਇਹ ਗੱਲ ਜਿਹੜੀ ਦੀ ਕਹੀ ਕਿ ਭਾਜਪਾ ਨਾਲ ਗੱਠਜੋੜ ਦੇ ਮੁੱਦੇ ਦੇ ਉੱਤੇ ਉਹਨਾਂ ਦੇ ਮਤ ਭੇਦ ਜਿਹੜੇ ਦੀ ਉਹ ਕਾਇਮ ਨੇ। ਇਹ ਵੀ ਗੱਲ ਕਹੀ ਕਿ ਉਹ 20 ਤਰੀਕ ਤੋਂ ਜਿਹੜਾ ਦੀ ਭੜਕ ਤੋਂ ਬਿਹਾਰ ਦੇ ਵਿੱਚ ਇੱਕ ਨੌਜਵਾਨਾਂ ਦੇ ਵਾਸਤੇ ਮੁਹਿੰਮ ਜਿਹੜੀ ਆ ਜੀ ਉਹ ਸ਼ੁਰੂ ਕਰਨ ਜਾ ਰਹੇ ਨੇ। ਇਹ ਵੀ ਗੱਲ ਉਹਨਾਂ ਨੇ ਕਹੀ ਕਿ ਬਿਹਾਰ ਆਪਣੇ ਆਗੂ ਨੂੰ ਪਿਛਲੱਗੂ ਬਣਿਆ ਨਹੀਂ ਦੇਖ ਸਕਦਾ। ਨਿਤਿਸ਼ ਕੁਮਾਰ ਜਿਹਨੇ ਕਦੇ ਨਰਿੰਦਰ ਮੋਦੀ ਉਹਨਾਂ ਨੂੰ ਬਿਹਾਰ ਦੇ ਵਿੱਚ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਸੀ, ਹੁਣ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਰੈਲੀਆਂ ਦੇ ਵਿੱਚ ਨੁੱਕਰੇ ਲੱਗਿਆ ਰਿਹਾ, ਜਦੋਂ ਕਿ ਅਮਿਤ ਸ਼ਾਹ ਅਤੇ JP ਨੱਡਾ ਸਾਰਾ ਜਿਹੜਾ ਦੀ ਉਹ ਸ਼ੋਅ ਚਲਾ ਰਹੇ ਸੀਗੇ। ਉਹਨਾਂ ਨੇ ਕਿਹਾ ਕਿ ਨਿਤਿਸ਼ ਕੁਮਾਰ ਹੋਰਾਂ ਨੇ ਆਪਣੀ ਜਿਹੜੀ ਪਹਿਚਾਣ ਆ
ਉਹ ਗਵਾ ਦਿੱਤੀ ਆ ਭਾਜਪਾ ਦੇ ਪਿੱਛੇ ਲੱਗ ਕੇ। ਇਸ ਕਰਕੇ ਇਹ ਅਹਿਮ ਆ ਜੀ ਜਿਹੜਾ ਬਿਹਾਰ ਦੀ ਰਾਜਨੀਤੀ, ਕਿ ਉੱਥੇ ਬਿਹਾਰ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਿਡ ਅਤੇ ਭਾਰਤੀ ਜਨਤਾ ਪਾਰਟੀ ਦਾ ਹਾਲ ਦੀ ਘੜੀ ਗੱਠਜੋੜ ਹੈਗਾ, ਕੱਲ੍ਹ ਨੂੰ ਕਿੱਧਰ ਨੂੰ ਜਾਂਦੀ ਆ ਇਹ ਕੱਲ੍ਹ ਵਾਲੀ ਗੱਲ ਹੈ। ਉੱਥੇ ਉਹਦਾ ਮੁਕਾਬਲਾ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਜਿਹੜੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਆ ਉਹਦੇ ਨਾਲ ਹੈ। ਦੂਜੇ ਪਾਸੇ ਜਿਵੇਂ ਪ੍ਰਸ਼ਾਂਤ ਕਿਸ਼ੋਰ ਨੇ ਇਹ ਗੱਲ ਕਹੀ ਆ ਕਿ ਉਹ ਨੌਜਵਾਨਾਂ ਨੂੰ ਆਪਣੇ ਨਾਲ ਜਿਹੜਾ ਜੀ ਉਹ ਤੋਰੂਗਾ ਜਿਹੜੇ ਕਿ ਬਿਹਾਰ ਦਾ ਭਵਿੱਖ ਬਣਾਉਣਗੇ, ਤਾਂ ਉੱਥੇ ਇੱਕ ਗੱਲ ਇਹ ਨਹੀਂ ਜਿਹੜੀ ਜੀ ਉਹ ਭੁੱਲਣੀ ਚਾਹੀਦੀ ਕਿ ਤੁਸੀਂ ਕਹਿ ਲਓ ਕਿ ਸਾਉਣ ਦੀ ਘਟਾ ਵਾਂਗੂ ਜਿਹੜਾ ਜੀ ਇੱਕ ਵਿਅਕਤੀ ਉਸਤੇ ਬਿਹਾਰ ਦੇ ਵਿੱਚ ਚੜ੍ਹਿਆ ਆਉਂਦਾ ਉਹ ਹੈ ਕਨ੍ਹੱਈਆ ਕੁਮਾਰ, ਜਿਹਦੀਆਂ ਰੈਲੀਆਂ ਦੇ ਵਿੱਚ ਇਕੱਠ ਜਿਹੜਾ ਜੀ ਉਹ ਕਈ ਸਿਆਸੀ ਪਾਰਟੀਆਂ ਨੂੰ ਵਕਤ ਜਿਹੜਾ ਉਹ ਪਾ ਰਿਹਾ। ਪ੍ਰਸ਼ਾਂਤ ਕਿਸ਼ੋਰ ਦੀਆਂ ਇਹ ਟਿੱਪਣੀਆਂ ਕਿਹਦੇ ਵੱਲ ਨੂੰ ਨੇ, ਕਿ ਉਹ ਨਵੀਂ ਪਾਰਟੀ ਬਣਾਊਗਾ ਕਿਸੇ ਹੋਰ ਪਾਰਟੀ ਦੀ ਮਦਦ ਜਿਹੜੀ ਜੀ ਉਹ ਕਰੂਗਾ, ਇਹਦੇ ਬਾਰੇ ਅਜੇ ਬਹੁਤਾ ਕੁਛ ਨਹੀਂ ਕਿਹਾ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਇਹ ਟਿੱਪਣੀਆਂ ਬਹੁਤ ਜਿਹੜਾ ਜੀ ਉਹ ਅਹਿਮ ਨੇ ਔਰ ਸ਼ਾਇਦ ਭਾਰਤੀ ਰਾਜਨੀਤੀ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਜੀ ਉਹ ਅਹਿਮ ਹੋਣਗੀਆਂ। ਅਮੈਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੀ 24 ਫਰਵਰੀ ਨੂੰ ਭਾਰਤ ਖਾਸ ਕਰਕੇ ਅਹਿਮਦਾਬਾਦ ਦੀ ਹਾਈ ਪ੍ਰੋਫਾਈਲ ਫੇਰੀ ਤੋਂ ਪਹਿਲਾਂ ਅਹਿਮਦਾਬਾਦ ਨਗਰ ਨਿਗਮ ਦੇ ਨਵੇਂ ਬਣੇ ਮੋਟੇਰਾ ਕ੍ਰਿਕਟ ਸਟੇਡੀਅਮ ਦੇ ਨੇੜੇ ਝੁੱਗੀ ਝੌਂਪੜੀਆਂ ਦੇ ਵਿੱਚ ਰਹਿੰਦੇ ਪਰਿਵਾਰਾਂ ਦੇ ਉੱਤੇ ਮੁਸੀਬਤ ਜਿਹੜੀ ਆ ਜੀ ਉਹ ਆਉਣ ਡਿੱਗੀ ਹੈ। ਇਹਨਾਂ ਨੂੰ 7 ਦਿਨਾਂ ਦੇ ਅੰਦਰ ਅੰਦਰ ਇਹ ਜਗ੍ਹਾ ਖਾਲੀ ਕਰਨ ਦੇ ਵਾਸਤੇ ਨੋਟਿਸ ਜਿਹੜੇ ਉਹ ਦਿੱਤੇ ਗਏ ਆ। ਹੁਕਮਾਂ ਦਾ ਪਾਲਣ ਨਾ ਹੋਣ ਦੇ ਉੱਤੇ ਵਿਭਾਗੀ ਕਾਰਵਾਈ ਜਿਹੜੀ ਉਹ ਕਰਨ ਦੀ ਗੱਲ ਆਖੀ ਗਈ ਆ। ਇਸ ਸਟੇਡੀਅਮ ਦੇ ਵਿੱਚ ਅਮੈਰੀਕਨ ਸਦਰ ਡੋਨਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਮਸਤੇ ਟਰੰਪ ਸਮਾਗਮ ਦੇ ਤਹਿਤ 1,00,000 ਤੋਂ ਵੱਧ ਲੋਕਾਂ ਦੇ ਇਕੱਠ ਨੂੰ ਜਿਹੜਾ ਜੀ ਉਹ ਸੰਬੋਧਨ ਕਰਨਗੇ ਔਰ ਨਿਗਮ ਅਧਿਕਾਰੀਆਂ ਨੇ ਹਾਲਾਂਕਿ ਜਿਹੜਾ ਇਹ ਦਾਅਵਾ ਕੀਤਾ ਕਿ ਇਹਨਾਂ ਨੋਟਸਾਂ ਦਾ ਅਮੈਰੀਕਨ ਸਦਰ ਦੀ ਹਾਈ ਪ੍ਰੋਫਾਈਲ ਫੇਰੀ ਦੇ ਨਾਲ ਕੋਈ ਲਾਗਾ ਦੇਗਾ ਨਹੀਂਗਾ, ਪਰ ਝੁੱਗੀ ਝੌਂਪੜੀਆਂ ਦੇ ਵਿੱਚ ਰਹਿੰਦੇ ਲੋਕਾਂ ਨੇ ਜਾਰੀ ਨੋਟਸਾਂ ਦੇ ਸਮੇਂ ਦੇ ਉੱਤੇ ਜਿਹੜਾ ਜੀ ਉਹ ਸਵਾਲ ਖੜ੍ਹਾ ਕਰਦਿਆਂ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਸਿਰਫ ਡੋਨਲਡ ਟਰੰਪ ਦੀ ਫੇਰੀ ਕਰਕੇ ਇੱਥੋਂ ਉਜਾੜਿਆ ਜਿਹੜਾ ਜੀ ਉਹ ਜਾ ਰਿਹਾ। ਨੋਟਿਸ ਅਜਿਹੇ ਮੌਕੇ ਜਾਰੀ ਕੀਤਾ ਗਿਆ ਜਦੋਂ ਅਹਿਮਦਾਬਾਦ ਨਗਰ ਨਿਗਮ ਨੇ ਹਵਾਈ ਅੱਡੇ ਤੋਂ ਸ਼ਹਿਰ ਨੂੰ ਆਉਂਦੇ ਰੂਟ ਦੇ ਉੱਤੇ ਸੜਕ 'ਤੇ ਕੰਢੇ ਬਣੀਆਂ ਝੁੱਗੀਆਂ ਝੌਂਪੜੀਆਂ ਨੂੰ ਅਮੈਰੀਕਨ ਸਦਰ ਦੀ ਅੱਖ ਤੋਂ ਬਚਾਉਣ ਲਈ 7 ਫੁੱਟ ਉੱਚੀ ਕੰਧ ਜਿਹੜੀ ਹੈ ਜੀ ਉਹ ਉਸਾਰੀ ਆ ਔਰ ਜਿਨ੍ਹਾਂ ਝੁੱਗੀਆਂ ਨੂੰ ਹਟਾਉਣ ਦੇ ਨੋਟਿਸ ਕੱਢੇ ਗਏ ਆ ਉਹ ਅਹਿਮਦਾਬਾਦ ਗਾਂਧੀ ਨਗਰ ਸੜਕ ਦੇ ਮੋਟੇਰਾ ਸਟੇਡੀਅਮ ਤੋਂ 1.5 ਕਿਲੋਮੀਟਰ ਦੀ ਦੂਰੀ ਦੇ ਉੱਤੇ ਨੇ। ਝੁੱਗੀਆਂ 'ਚ ਰਹਿੰਦੇ ਵਿਅਕਤੀ ਜਿਹੜੇ ਜੀ ਉਹ ਕਹਿੰਦੇ ਆ ਕਿ ਨਗਰ ਨਿਗਮ ਦੇ ਅਧਿਕਾਰੀ ਪਿਛਲੇ 1 ਹਫ਼ਤੇ ਦੇ ਵਿੱਚ ਕਈ ਗੇੜੇ ਲਾ ਚੁੱਕੇ ਨੇ। ਦਿਹਾੜੀਦਾਰ ਮਜ਼ਦੂਰ ਜਿਹੜੇ ਜੀ ਉਹ ਕਹਿੰਦੇ ਆ ਕਿ ਅਸੀਂ ਪਿਛਲੇ 1 ਦਹਾਕੇ ਤੋਂ ਇੱਥੇ ਰਹਿ ਰਹੇ ਹਾਂ, ਇਦੋਂ ਪਹਿਲਾਂ ਸਾਨੂੰ ਕਦੀ ਨੋਟਿਸ ਨਹੀਂ ਮਿਲਿਆ, ਹੁਣ ਨੋਟਿਸ ਜਿਹੜਾ ਜੀ ਉਹ ਜਬਰੀ ਕੱਢਣ ਦੇ ਵਾਸਤੇ ਕਿਉਂ ਜਿਹੜਾ ਉਹ ਦਿੱਤਾ ਜਾ ਰਿਹਾ, ਇਹ ਉਹਨਾਂ ਦੀ ਸਮਝ ਤੋਂ ਜਿਹੜੀ ਜੀ ਉਹ ਪਰੇ ਵਾਲੀ ਗੱਲ ਹੈ। ਬਹਿਬਲ ਕਲਾਂ ਗੋਲੀਕਾਂਡ ਦਾ ਜਿਹੜਾ ਮਾਮਲਾ ਹੈ ਉਹ ਪਹੁੰਚ ਗਿਆ ਜੀ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਇਨਸਾਫ ਦੇ ਵਾਸਤੇ। 2015 'ਚ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਜਾਣ ਵਾਲੇ ਕ੍ਰਿਸ਼ਨ ਭਗਵਾਨ ਸਿੰਘ ਬਹਿਬਲ ਕਲਾਂ ਜਿਹੜਾ ਸੀਗਾ ਜੀ ਉਹਦੇ ਪਰਿਵਾਰ ਨੇ ਸੁਪਰੀਮ ਕੋਰਟ ਦੇ ਵਿੱਚ ਹਲਫੀਆ ਬਿਆਨ ਦੇ ਕੇ ਲਿਖਤੀ ਸ਼ਿਕਾਇਤ ਦੇ ਕੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਬਹਿਬਲ ਕਲਾਂ ਕਾਂਡ ਦੇ ਜਿਹੜੇ ਗਵਾਹਾਂ ਦੀ ਜਾਨ ਨੂੰ ਵੱਡਾ ਖਤਰਾ। ਪੀੜਿਤ ਪਰਿਵਾਰ ਨੇ ਸੁਰੱਖਿਆ ਅਤੇ ਇਨਸਾਫ ਦੇ ਵਾਸਤੇ ਸੁਪਰੀਮ ਕੋਰਟ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਨੇ ਸੁਪਰੀਮ ਕੋਰਟ ਨੂੰ ਲਿਖੀ ਸ਼ਿਕਾਇਤ ਦੇ ਵਿੱਚ ਕਿਹਾ ਕਿ SIT ਨੇ ਨਿਰਪੱਖ ਪੜਤਾਲ ਨਹੀਂ ਕੀਤੀ ਬਲਕਿ ਹਾਕਮ ਧਿਰ ਦੀ ਸ਼ਹਿ ਅਤੇ ਜਾਂਚ ਦੇ ਅੰਜ਼ਾਮ ਨੂੰ ਇਨਸਾਫ ਤੱਕ ਪਹੁੰਚਾਉਣ ਦੀ ਥਾਂ ਸਿਆਸੀ ਖੇਡ ਖੇਡੀ ਗਈ ਹੈ। ਪੀੜਿਤ ਪਰਿਵਾਰ ਨੇ ਇਸ ਚਿੱਠੀ ਦੇ ਵਿੱਚ ਵੀ ਦੋਸ਼ ਲਾਇਆ ਕਿ ਵਿਸ਼ੇਸ਼ ਜਾਂਚ ਟੀਮ ਨੇ ਪੜਤਾਲ ਦੇ ਦੌਰਾਨ 2 ਅਹਿਮ ਮੁਲਜ਼ਮਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਗੋਲੀਕਾਂਡ ਦੇ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਪੁਲਿਸ ਦੀ ਜਿਪਸੀ ਵਿੱਚ ਗੋਲੀਆਂ ਮਾਰ ਕੇ ਫਰਜ਼ੀ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ। ਸ਼ਿਕਾਇਤ ਕਰਨ ਵਾਲੇ ਰੇਸ਼ਮ ਸਿੰਘ ਨੇ ਇਹਦੇ ਵਿੱਚ ਇਹ ਗੱਲ ਕਹੀ ਹੈ ਕਿ ਘਟਨਾ ਦੇ ਅਹਿਮ ਅਤੇ ਚਸ਼ਮਦੀਦ ਗਵਾਹ ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਇਨਸਾਫ ਦੀ ਆਸ ਨੂੰ ਝਟਕਾ ਲੱਗਿਆ ਔਰ ਪੀੜਿਤ ਪਰਿਵਾਰ ਨੇ ਗਵਾਹਾਂ ਲਈ ਸੁਰੱਖਿਆ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਗੋਲੀਕਾਂਡ ਦੀ ਉੱਚ ਪੱਧਰੀ ਜਾਂਚ ਦੀ ਲੋੜ ਹੈ। ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ SIT ਟੀਮ ਨੇ ਸਾਬਕਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਤੋਂ ਇਲਾਵਾ ਕਿਸੇ ਵੀ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਨਹੀਂ ਸੀ ਕਰ ਸਕੀ ਲਿਖਿਆ ਔਰ SIT ਨੇ ਚਲਾਣ ਪੇਸ਼ ਕੀਤਾ ਪਰ 10 ਮਹੀਨਿਆਂ ਦੀ ਸੁਣਵਾਈ ਤੋਂ ਬਾਅਦ ਇਹ ਕੇਸ ਪਹਿਲਾ ਪੜਾਅ ਵੀ ਅਜੇ ਤੱਕ ਜਿਹੜਾ ਜੀ ਉਹ ਪੂਰਾ ਨਹੀਂ ਕਰ ਸਕਿਆ। ਇਹ ਆਪਣੇ ਆਪ ਦੇ ਵਿੱਚ ਕੁਛ ਸਵਾਲ ਵੱਡੇ ਜਿਹੜੇ ਜੀ ਉਹ ਖੜ੍ਹੇ ਨੇ ਕਿ ਜਦੋਂ ਚੋਣਾਂ ਜਿਹੜੀਆਂ ਹੋਣੀਆਂ ਸੀ ਵਿਧਾਨ ਸਭਾ ਦੀਆਂ ਤਾਂ ਉਸ ਸਮੇਂ ਜਿਹੜੀ ਇਸ ਮਾਮਲੇ ਨੂੰ ਸਭ ਤੋਂ ਵੱਧ ਉਭਾਰਨ ਵਾਲੀ
ਕਾਂਗਰਸ ਪਾਰਟੀ ਅੱਜ ਕਟਹਿਰੇ ਦੇ ਵਿੱਚ ਜਿਹੜੀ ਦੀ ਉਹ ਖੜ੍ਹੀ ਆ, ਕਿਉਂਕਿ ਇਹ ਇਲਜ਼ਾਮ ਉਹਦੇ ਉੱਤੇ ਲੱਗ ਰਹੇ ਆ ਕਿ ਉਹਦੇ ਜਿਹੜੇ ਆਗੂ ਨੇ ਉਹਨਾਂ ਕੁਛ ਆਗੂ ਜਿਹੜੇ ਦੀ ਫਰੀਦਕੋਟ ਦਾ MLA ਦੇ ਵਿੱਚ ਸ਼ਾਮਿਲ ਹੈ, ਇੱਕ ਜਿਹੜਾ ਦੀ ਉਹ ਮੰਤਰੀ ਸ਼ਾਮਿਲ ਹੈ ਗੁਰਪ੍ਰੀਤ ਕਾਂਗੜ, ਕਿ ਉਹਨਾਂ ਨੇ ਗਵਾਹਾਂ ਨੂੰ ਜਿਹੜਾ ਦੀ ਉਹ ਡਰਾਇਆ ਧਮਕਾਇਆ। ਇੱਕ ਵਿਅਕਤੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਆ ਜਿਹਨੇ ਗੋਲੀਆਂ ਜਿਹੜੀਆਂ ਦੀ ਇਸ ਗਵਾਹ ਦੇ ਘਰ ਦੇ ਉੱਤੇ ਦੋ ਵਾਰੀ ਚਲਾਈਆਂ ਉਹਨੂੰ ਡਰਾਉਣ ਦੀ ਖਾਤਰ, ਔਰ ਉਹ ਇਸ ਸਟ੍ਰੈਸ ਦੇ ਵਿੱਚ ਜਿਹੜਾ ਸੀਗਾ ਦੀ ਮਾਰਿਆ ਗਿਆ ਦੱਸੀਦਾ ਕਿ ਉਹਨੂੰ ਡਰਾਉਣ ਦੇ ਯਤਨ ਜਿਹੜੇ ਉਹ ਕੀਤੇ ਜਾ ਰਹੇ ਸੀਗੇ। ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਣ ਦੇ ਨਾਲ ਇੱਕ ਗੱਲ ਜਿਹੜੀ ਦੀ ਉਹ ਕਲੀਅਰ ਹੋ ਗਈ ਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਸੁਰਜੀਤ ਸਿੰਘ ਦਾ ਪਰਿਵਾਰ ਜਿਹੜਾ ਉਂਝੀ ਦੋਸ਼ ਲਾਉਂਦਾ, ਪਰ ਜਿਹੜਾ ਇਸ ਗੋਲੀਕਾਂਡ ਦੇ ਵਿੱਚ ਮਾਰਿਆ ਗਿਆ ਸੀਗਾ ਜੀ ਕ੍ਰਿਸ਼ਨ ਭਗਵਾਨ ਸਿੰਘ, ਉਹਦੇ ਪਰਿਵਾਰ ਦੇ ਵੱਲੋਂ ਸੁਪਰੀਮ ਕੋਰਟ ਤੱਕ ਪਹੁੰਚ ਕਰਨੀ, ਇਹ ਮਾਮਲਾ ਜਿਹੜਾ ਜੀ ਉਹ ਨਵਾਂ ਮੋੜ ਇਸ ਪੱਖੋਂ ਲੈ ਰਿਹਾ ਕਿ ਕਿਹਾ ਜਾ ਰਿਹਾ ਸੀਗਾ ਕਿ ਸੁਰਜੀਤ ਸਿੰਘ ਦੀ ਤਾਂ ਸ਼ਾਇਦ ਦੁਸ਼ਮਣੀ ਸੀਗੀ ਉਹਨਾਂ ਦੇ ਨਾਲ, ਦੁਸ਼ਮਣੀ ਵਾਲੀ ਜਿਹੜੀ ਗੱਲ ਆ ਜੀ ਉਸ ਲਾਂਭੇ ਕਰਕੇ ਹੁਣ ਜਿਹੜਾ ਜੀ ਇਹ ਲੱਗ ਰਿਹਾ ਕਿ ਇਹਦੇ ਵਿੱਚ ਵਾਕਿਆ ਹੀ ਕੁਛ ਗੰਭੀਰ ਚੀਜ਼ਾਂ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ। ਗਵਾਹਾਂ ਨੂੰ ਡਰਾਉਣ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ, ਇਹ ਯਤਨ ਕਾਂਗਰਸੀ ਆਗੂਆਂ ਦੇ ਵੱਲੋਂ ਕਿਉਂ ਕੀਤੇ ਜਾ ਰਹੇ ਆ, ਇਹ ਸਭ ਤੋਂ ਵੱਡਾ ਅਹਿਮ ਜਿਹੜਾ ਜੀ ਉਹ ਪੁਆਇੰਟ ਇਹਦੇ ਵਿੱਚ ਹੈ, ਕਿਉਂਕਿ ਇਹਦੇ ਵਿੱਚ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੁਛ ਜਿਹੜੇ ਹਾਈ ਰੈਂਕ ਦੇ ਆਫਿਸਰ ਨੇ ਉਹਨਾਂ ਦੇ ਨਾਮ ਵੀ ਜਿਹੜੇ ਜੀ ਉਹ ਆਉਂਦੇ ਰਹੇ ਨੇ, ਕੀ ਉਹ ਇੱਕ ਕਾਰਨ ਹੈ ਜਾਂ ਕੋਈ ਹੋਰ ਜਿਹੜਾ ਜੀ ਉਹ ਕਾਰਨ ਹੈ। ਔਰ ਦੂਜਾ ਵੱਡਾ ਸਭ ਤੋਂ ਪੁਆਇੰਟ ਜਿਹੜਾ ਜੀ, ਕੀ ਇਸ ਮਾਮਲੇ ਦੇ ਵਿੱਚ ਇਨਸਾਫ ਜਿਹੜਾ ਜੀ ਉਹ ਮਿਲ ਸਕੂਗਾ, ਮੌਜੂਦਾ ਸਰਕਾਰ ਤੋਂ ਇਨਸਾਫ ਮਿਲ ਸਕੂਗਾ, ਜਿਹੜਾ ਇਹਨਾਂ ਘਟਨਾਵਾਂ ਦੇ ਮਾਮਲੇ ਦੇ ਵਿੱਚ ਕੇਂਦਰ ਬਿੰਦੂ ਰਿਹਾ ਅਕਾਲੀ ਦਲ ਜਿਹੜਾ ਜੀ ਉਹ ਵੀ ਇਸ ਮਾਮਲੇ ਦੇ ਉੱਤੇ ਹੁਣ ਜਿਹੜਾ ਜੀ ਉਹ ਡਿਫੈਂਸਿਵ ਜਿਹੜਾ ਉਹ ਹੋਇਆ ਹੈ, ਔਰ ਉਹ ਕਾਂਗਰਸ ਦੇ ਉੱਤੇ ਦੋਸ਼ ਜਿਹੜਾ ਜੀ ਉਹ ਲਾ ਰਿਹਾ ਕਿ ਉਹਦੇ ਵੱਲੋਂ ਗਵਾਹਾਂ ਨੂੰ ਡਰਾਇਆ ਧਮਕਾਇਆ ਜਿਹੜਾ ਜੀ ਉਹ ਜਾ ਰਿਹਾ। ਪਰ ਇਹਦੇ ਉੱਤੇ ਕਾਂਗਰਸ ਦੀ ਹਾਲਤ ਇੱਕ ਕਿਸਮ ਦੇ ਨਾਲ ਜਿਹੜੀ ਜੀ ਉਹ ਪਤਲੀ ਬਣਦੀ ਨਜ਼ਰ ਆ ਰਹੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ, ਕੱਲ੍ਹ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਊਗੀ। ਸਤਿ ਸ਼੍ਰੀ ਅਕਾਲ।